ਲਓ ਜੀ, ਇਹ ਬਾਬਾ ਜਗੀਰ ਸਿੰਘ ਜੀ ਮੇਰੇ ਸ਼ਾਗਿਰਦ ਅੱਜ ਗੁਰਦਾਸਪੁਰ ਤੋਂ ਮਿਲਣ ਆਏ ਆ। ਅਤੇ ਬਾਬਾ ਜੀ ਤੁਸੀਂ ਦੱਸੋ, ਅੱਜ ਤੁਹਾਨੂੰ ਕਿੱਦਾਂ ਦਾ ਲੱਗਾ ਤੁਸੀਂ ਆਏ ਅੱਜ ਮਿਲਣ ਨੂੰ? ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ, ਜਿੰਨੇ ਕਬੂਤਰ ਖੜਾ ਸਾਰੇ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਜੀ, ਅੱਜ ਬੜਾ ਮਨ ਕੀਤਾ ਉਸਤਾਦ ਜੀ ਮਿਲਣ ਨੂੰ, ਜੀ ਕੀਤਾ ਸੀ ਅੱਜ ਆਪਾਂ ਆਏ ਹਾਂ ਅਤੇ ਬੜਾ ਇੰਜੋਏ ਕੀਤਾ ਵਾ, ਬਹੁਤ ਕੁਛ ਸਿੱਖਣ ਨੂੰ ਮਿਲਿਆ ਇੱਥੋਂ ਅਤੇ ਜਾਨਵਰਾਂ ਦਾ ਸ਼ੌਕ ਵੀ ਕੀਤਾ ਆਪਾਂ ਅਤੇ ਬਹੁਤ ਖੁਸ਼ੀ ਹੋਈ ਆ, ਬਹੁਤ ਵਧੀਆ ਬਹੁਤ ਨਜ਼ਾਰਾ ਜੀ ਸਾਨੂੰ। ਆ ਜੀ ਮੇਰਾ ਇੱਕ ਲਾਡਲਾ ਚੇਲਾ, ਇਹ ਵੀ ਗੁਰਦਾਸਪੁਰ ਤੋਂ। ਇਹ ਜੀ ਹੈਪੀ, ਗੁਰਦਾਸਪੁਰ ਤੋਂ ਮੇਰਾ ਚੇਲਾ, ਅਤੇ ਅੱਜ ਮੈਨੂੰ ਸਾਰੇ ਮੇਰੇ ਚੇਲੇ ਮਿਲਣ ਆਏ ਆ ਗੁਰਦਾਸਪੁਰ ਵਾਲੇ, ਕਿਉਂ ਵੀ ਮੈਨੂੰ ਥੋੜ੍ਹੇ ਦਿਨ ਦਾ ਟੈਂਪਰੇਚਰ ਬੁਖਾਰ ਸੀਗਾ ਅਤੇ ਇਹਨਾਂ ਨੂੰ ਪਤਾ ਲੱਗਾ ਅਤੇ ਅੱਜ ਸਾਰੇ ਮਿਲਣ ਆਏ ਆ ਬਾਬਾ ਜਗੀਰ ਸਿੰਘ ਦੇ ਨਾਲ ਆਏ ਆ ਅਤੇ ਇਹਨਾਂ ਦਾ ਬਹੁਤ ਥੈਂਕ ਯੂ ਕਰਦਾ, ਆਪਣੇ ਉਸਤਾਦ ਦੇ ਦੁੱਖ ਦੇ ਵਿੱਚ ਹਾਜ਼ਰ ਹੋਏ ਆ ਅਤੇ ਇੱਦਾਂ ਹੀ ਮੇਰੇ ਚੇਲੇ ਮੇਰੇ ਨਾਲ ਪਿਆਰ ਕਰਦੇ ਰਹਿਣ ਅਤੇ ਮੈਨੂੰ ਬਹੁਤ ਖੁਸ਼ੀ ਹੋਵੇ। ਅਤੇ ਜਿਹੜਾ ਮੂਵੀ ਬਣਾ ਰਿਹਾ ਸੰਨੀ ਬਦਮਾਸ਼, ਉਹ ਵੀ ਮੇਰਾ ਚੇਲਾ ਪੋਤਾ ਵਾ ਅਤੇ ਬਾਕੀ ਹੋਰ ਮੇਰੇ ਚੇਲੇ ਆ ਸ਼ੇਰਾ ਜੀ ਗੁਰਦਾਸਪੁਰ ਤੋਂ, ਜਸਵੀਰ ਜੰਮੂ ਤੋਂ ਜਸਵੀਰ ਮੈਨੂੰ ਮਿਲਣ ਆਇਆ ਅਤੇ ਇੱਧਰ ਮੇਰਾ ਪੋਤਾ ਚੇਲਾ ਅੰਮ੍ਰਿਤਸਰ ਤੋਂ ਬਟਾਲਾ ਰੋਡ, ਇੱਧਰ ਵੀ ਸਾਡੇ ਬੱਚੇ ਆ ਇਹ ਆਏ ਆ, ਇਹ ਵੀ ਗੁਰਦਾਸਪੁਰ ਤੋਂ ਆ। ਅਤੇ ਜਿਹੜਾ ਮੂਵੀ ਬਣਾ ਰਿਹਾ ਸੰਨੀ, ਉਹਦੀ ਮੈਂ ਬਣਾਊਂਗਾ ਬਾਅਦ 'ਚ, ਅਤੇ ਗੱਲ ਰਹੀ ਆ ਰਹੀ ਤਾਂ ਹੀ ਗੱਲ ਰਹੀ ਹੈ। ਅਤੇ ਇਹ ਸਾਰੇ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਚੇਲੇ ਆਉਂਦੇ ਸਾਨੂੰ ਮਿਲਣ, ਅਤੇ ਇਸ ਸ਼ੌਂਕ ਨੂੰ ਬੜਾਵਾ ਮਿਲਦਾ ਪਿਆ ਵਾ, ਜਿੰਨਾ ਸ਼ੌਂਕ ਨੂੰ ਇਸ ਵੇਲੇ ਬੜਾਵਾ ਆਪਾਂ ਲੋਕ ਦੇ ਰਹੇ ਕਬੂਤਰ ਖਿਡਾਰੀ ਜਿੰਨੇ ਇਕੱਠੇ ਹੋਏ ਆ, ਅਤੇ ਬਹੁਤ ਵਧੀਆ ਲੱਗਦਾ ਮੈਨੂੰ ਇੱਦਾਂ ਹੀ ਮੇਰੇ ਕੋਲ ਆਉਂਦੇ ਰਹਿਣ ਅਤੇ ਇਹਨਾਂ ਨੂੰ ਵਧੀਆ ਗੱਲਾਂ ਸਾਡੇ ਕੋਲ ਮਿਲਣ ਸਿੱਖਣ ਨੂੰ। ਅਤੇ ਆਪਣੀ ਕਬੂਤਰ ਬਾਈ ਜਿਹੜੀ ਹੈਗੀ ਆ, ਇਹਦਾ ਨਾਮ ਬੁਲੰਦੀਆਂ ਦੇ ਵਿੱਚ ਕਿਸੇ ਦੇ ਪਹੁੰਚੇ, ਅਤੇ ਅਸੀਂ ਚਾਹੁੰਦੇ ਵੀ ਹਾਂ ਵੀ ਇਹ ਗੇਮ ਨੂੰ ਆਪਾਂ ਬੜਾਵਾ ਵੱਧ ਤੋਂ ਵੱਧ ਦੇਈਏ। ਅਤੇ ਹੁਣ ਦੇਖੋ ਸੀਜ਼ਨ ਆਉਣਾ ਗਾ ਜਦੋਂ, ਅਤੇ ਵਧੀਆ ਸ਼ੌਂਕ ਹੋਣਾ ਵਾ, ਅਤੇ ਅੱਜ ਕੱਲ੍ਹ ਸਾਡੇ ਬਾਹਰਲੇ ਦੇਸ਼ਾਂ 'ਚੋਂ ਖਿਡਾਰੀ ਇੱਧਰ ਆ ਰਹੇ ਆ, ਉਸਤਾਦ ਆ ਰਹੇ ਆ ਵੀ ਆਪਣੀ ਪਬਲਿਸਿਟੀ ਕਰਨ, ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਬਾਹਰਲੇ ਉਸਤਾਦ ਆ ਰਹੇ ਸਾਡੇ ਇਲਾਕਿਆਂ 'ਚ, ਵੀ ਸਾਡਾ ਇਲਾਕਾ ਇਸ ਵੇਲੇ ਬਹੁਤ ਤਰੱਕੀਆਂ 'ਚ ਕਰ ਰਿਹਾ। ਅਤੇ ਬਾਕੀ ਸਾਨੂੰ ਇਸ ਸ਼ੌਂਕ ਨੂੰ ਬੜਾਵਾ ਦੇਣਾ ਵਾ, ਦੇਣਾ ਹੀ ਦੇਣਾ ਵਾ, ਅਸੀਂ ਇਸ ਸ਼ੌਂਕ ਨੂੰ ਹਾਈ ਲੈਵਲ 'ਤੇ ਲੈ ਕੇ ਜਾਣਾ ਅਤੇ ਲੈ ਕੇ ਜਾਣਾ। ਅਤੇ ਬਾਕੀ ਮੈਂ ਸਾਰੇ ਜਿੰਨੇ ਅੱਜ ਮੇਰੇ ਸ਼ੇਰਦ ਆ ਇਹਨਾਂ ਨੂੰ ਜੀ ਆਇਆ, ਥੈਂਕ ਯੂ ਸਾਡੇ ਕੋਲ। ਅਤੇ ਬਾਕੀ ਮੈਂ ਹੁਣ ਥੋੜ੍ਹਾ ਜਿਹਾ ਸੰਨੀ ਨੂੰ ਬਿਠਾ ਲੱਗਾ, ਇਹ ਹੈ ਜਸਵੀਰ ਜੀ ਸਾਡੇ ਜੰਮੂ ਤੋਂ। ਜਸਵੀਰ ਜੀ ਕਿੱਦਾਂ ਲੱਗਾ ਤੁਹਾਨੂੰ ਆਇਆ ਸਾਡੇ ਕੋਲ? ਬਹੁਤ ਚੰਗਾ ਲੱਗਾ, ਪਹਿਲੇ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਿੰਨੇ ਵੀ ਆਪਣੇ ਭਾਈ ਹੈਗੇ। ਅਤੇ ਇਹ ਜੀ ਸਾਡੇ ਸ਼ੇਰਾ ਜੀ ਸ਼ੇਰ ਸਿੰਘ ਬਾਜਵਾ, ਬਾਜਵਾ ਤਾਂ ਅੱਜ ਹੀ ਸੁਣਿਆ ਮੈਂ, ਬਾਜਵਾ ਤਾਂ ਪਹਿਲਾਂ ਦੱਸਿਆ, ਬਾਜਵਾ ਦਾ ਕਾਸਟ। ਅੱਛਾ, ਸ਼ੇਰ ਸਿੰਘ ਬਾਜਵਾ ਜੀ, ਇਹ ਸਾਡੇ ਉੱਭੜਦੇ ਹੋਏ ਖਿਡਾਰੀ ਬਟਾਲੇ ਤੋਂ। ਅਤੇ ਸ਼ੇਰਾ ਜੀ ਤੁਸੀਂ ਦੱਸੋ, ਦੋ ਲੋਕ ਸਾਡੇ ਕੋਲ ਆਏ ਤੁਸੀਂ? ਇਸ ਤਰ੍ਹਾਂ ਜੀ ਆਏ ਤੁਹਾਡੇ ਕੋਲ ਪਤਾ ਲੈਣਾ, ਤੁਹਾਡਾ ਪਤਾ ਲੱਗਾ ਸੀ ਵੀ ਸਿਹਤ ਠੀਕ ਨਹੀਂ, ਅਤੇ ਬੈਠੇ ਹਾਂ ਤੁਹਾਡੇ ਲਾਗੇ, ਅਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ, ਕਿਉਂਕਿ ਜਦੋਂ ਵੀ ਤੁਹਾਡੇ ਲਾਗੇ ਆਈਦਾ ਜਾਂ ਤੁਹਾਨੂੰ ਮਿਲੀਦਾ, ਕੋਈ ਨਾ ਕੋਈ ਸਿੱਖ ਕੇ ਜਾਈਦਾ ਤੁਹਾਡੇ ਕੋਲ। ਠੀਕ ਹੈ ਬੇਟੇ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਆਹ ਸਾਡਾ ਪੋਤਾ ਚੇਲਾ ਜੀ, ਇਹ ਅੰਮ੍ਰਿਤਸਰ ਤੋਂ ਬਟਾਲਾ ਰੋਡ ਤੋਂ, ਅਤੇ ਇਹਨਾਂ ਦਾ ਵੀ ਬਹੁਤ ਥੈਂਕ ਯੂ ਸਾਡੇ ਕੋਲ ਆਏ ਆ। ਤੁਹਾਨੂੰ ਬੇਟੇ ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਇਸ ਟਾਈਮ। ਆਓ ਜੀ ਮੇਰੇ ਪੋਤੇ ਸ਼ਿਗਰਦ ਸੰਨੀ ਜੀ, ਨਮਸਕਾਰ। ਸੰਨੀ ਭਗਤ ਜੀ, ਪਰ ਭਗਤਾਲੀਆਂ ਗੱਲਾਂ ਘੱਟ ਕਰਦੇ ਆ, ਜ਼ਿਆਦਾ ਦੂਜੀਆਂ ਕਰਦੇ ਆ, ਇਹ ਜ਼ਿਆਦਾ ਗੋਲੀਆਂ ਲੱਭਦੇ ਹੁੰਦੇ ਆ। ਅਤੇ ਭਗਤ ਜੀ ਤੁਹਾਨੂੰ ਕਿੱਦਾਂ ਲੱਗਾ ਸਾਡੇ ਕੋਲ? ਸਰ ਜੀ ਆਪਾਂ ਨੂੰ ਤਾਂ ਤੁਹਾਡੇ ਦਰਸ਼ਨ ਕਰਨੇ ਬਹੁਤ ਵਧੀਆ ਲੱਗਦੇ, ਦੁੱਧ ਵਰਗੇ ਨੇ, ਅਤੇ ਬਸ ਤੁਹਾਨੂੰ ਆ ਕੇ ਜਦੋਂ ਹਫ਼ਤੇ ਕੁ ਬਾਅਦ ਮਿਲ ਜਾਈਦਾ ਅਤੇ ਟਾਈਮ ਵਧੀਆ ਨਿਕਲ ਜਾਂਦਾ, ਨਾਲੇ ਕੁਛ ਸਿੱਖਣ ਨੂੰ ਮਿਲਦਾ ਅਤੇ ਕੁਛ ਗੋਲੀਆਂ ਵੀ ਮਿਲ ਜਾਂਦੀਆਂ। ਹਾਂ ਉਸਤਾਦ ਦਾ ਕੋਈ ਸਾਰੀ ਜ਼ਿੰਦਗੀ ਸਿੱਖਣ ਨੂੰ ਰਹਿੰਦੇ ਆ ਬੰਦਾ। ਬੇਟੇ ਤੁਹਾਨੂੰ ਕਿੱਦਾਂ ਲੱਗਾ ਸਾਡੇ ਕੋਲ ਆਇਆ ਤੁਸੀਂ? ਹਾਂਜੀ ਬਹੁਤ ਵਧੀਆ ਲੱਗਾ। ਠੀਕ ਹੈ ਬੇਟੇ, ਬਹੁਤ ਬਹੁਤ ਥੈਂਕ ਯੂ। ਅਤੇ ਇੱਧਰ ਸਾਡੇ ਜੀ, ਸਾਡੇ ਲਾਡਲੇ ਚੇਲੇ ਆ ਨਹੀਂ ਮੈਂ ਕਹਿੰਦਾ ਇਹਨੂੰ ਤਾਂ, ਵੀ ਇਹ ਸਾਡਾ ਲਾਡਲਾ ਚੇਲਾ। ਅਤੇ ਇੱਧਰ ਬਾਬਾ ਜਗੀਰ ਸਿੰਘ ਜੀ, ਅਤੇ ਇਹ ਸਾਰੇ ਮੇਰੇ ਜਿਹੜੇ ਅਜ਼ੀਜ਼, ਸਾਰੇ ਪਤਾ ਕਰਨਾ ਹੈ ਮੇਰਾ ਵੀ ਮੈਨੂੰ 4-5 ਦਿਨ ਦਾ ਬੁਖਾਰ ਚੜ੍ਹਦਾ ਸੀਗਾ, ਅਤੇ ਮੇਰੇ ਸ਼ੇਰ ਸਾਰੇ ਪਤਾ ਕਰਨ ਆਏ ਅੱਜ ਮੇਰੇ, ਅਤੇ ਜੰਮੂ ਤੋਂ ਵੀ ਆਏ ਆ, ਅਤੇ ਸਾਰਿਆਂ ਦਾ ਮੋਹ ਮੈਂ
थैंक यू करना भी अपने उस्ताद का तुसी पता करना है बाबा जगीर सिंह जी भी नाल आए उन्होंने ते बाकी ऐदा ही उस्तादा नू इज्जत मान दिंदे रहन ते ए बुलंदियां छूंदे रहन मेरे चेले ऐदा इज्जत मान मैनू देन ते मैनू भी बहुत खुशी होंदी है भी जदों उस्ताद दे दुख च शिगिरद हाजिर हो जाए तो उस्ताद का अद्धा दुख उदा ही उड़ जाता ते सारयां नू अरदास करे परमात्मा भाई साडे उस्ताद चढ़दी कले रहन ते दुनिया रात तक तरक्की करना ते मारे चढ़दी कले रखे रहन इहदा इहदा नां चमकदा रहे ते जिन्ने उस्ताद ने मैं सारी इज्जत करना ते जिहड़े कुछ गलत कमेंट करदे ने छोटे भी साडे बच्चे ने साडे उहनां ने कम नहीं करना चाहिदा किसे उस्ताद नू माड़ा नहीं करना चाहिदा मैं बाबा जगीर सिंह जी नू कहिंदा बाबा जगीर सिंह तुहाडियां सानू सीसां ही मिल जाण ते अद्धी साडी बीमारी उदां ही दूर हो जांदी है क्यों कि तुसी ऐसे शिक्षा जिहड़े रब दा हर वक्त नाम ध्याने आ और साडी गुरबाणी चार तुसी पढ़दे आ ते मैनू बहुत वधिया लगदा ते तुसी जदों सानू असी फोन ते भी सानू कई सीसां दे जांदे आ इत्तों वड्डा की आ सानू होर चाहीदा जे तुसी साडी इक सीस सानू मिल जांदी आ ते साडा दिल बिल्कुल खुश हो जांदा बाबा जी जगीर सिंह जी मैनू बहुत वधिया लगदा तुहानू जदों भी मिलदा ते इदां ही वड्डियां दा आशीर्वाद चाहीदा ते मिलना चाहीदा ते ये सारे मेरे कबूतर खिडारियों अज मेरे को पहुँचे आ ते मैं इन्हों का थैंक यू करना सारिया का सारिया सत श्रीकाल मेरे।